ਸਤਿ ਸ਼੍ਰੀ ਅਕਾਲ। ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਗੱਲਬਾਤ ਅੱਜ ਕਰਾਂਗੇ ਪੰਜਾਬ ਦੇ ਬਣੇ ਹੜ੍ਹਾਂ ਵਰਗੇ ਹਾਲਾਤ ਦੀ, ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਲਗਾਤਾਰ ਜਾਰੀ ਹੈ ਅਤੇ ਉਸੇ ਕਰਕੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਵੀ ਵੱਧ ਚੁੱਕਾ ਸੀ ਅਤੇ ਬੀਤੇ ਦਿਨੀ 8 ਫੁੱਟ ਤੱਕ ਫਲੱਡ ਗੇਟਾਂ ਨੂੰ ਖੋਲ੍ਹ ਦਿੱਤਾ ਗਿਆ ਅਤੇ ਹੁਣ ਭਾਖੜਾ ਡੈਮ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਗਿਆ ਅਤੇ ਸਤਲੁਜ ਦਰਿਆ ਹੁਣ ਲੋਕਾਂ ਦੇ ਲਈ ਮੁਸੀਬਤ ਬਣਦਾ ਜਾ ਰਿਹਾ। ਪੰਜਾਬ ਦੇ ਕਈ ਅਜਿਹੇ ਹਲਕੇ ਨੇ ਜੋ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ। ਆਓ ਦੇਖਦੇ ਹਾਂ ਇਸ ਰਿਪੋਰਟ ਜ਼ਰੀਏ। ਹੜ੍ਹਾਂ ਵਰਗੇ ਹਾਲਾਤ, ਲੋਕ ਪਰੇਸ਼ਾਨ। ਹੜ੍ਹਾਂ ਦੀ ਮਾਰ ਨੇ ਪੂਰਾ ਪੰਜਾਬ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਤਬਾਹੀ ਦਾ ਮੰਜ਼ਰ ਕੁਝ ਇਸ ਤਰ੍ਹਾਂ ਕਿ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਜਿੱਥੇ ਇੱਕ ਪਾਸੇ ਇਹਨਾਂ ਬਰਸਾਤਾਂ ਕਾਰਨ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ, ਜਿਸ 'ਚ ਸੂਬੇ ਦੇ ਮਾਲ ਵਿਭਾਗ, ਪੁਨਰਵਾਸ ਅਤੇ ਡਾਇਜੈਸਟਰ ਮੈਨੇਜਮੈਂਟ ਵਿਭਾਗ ਅਤੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਨੂੰ ਪਹਿਲਾਂ ਤੋਂ ਹੀ ਹੁਕਮ ਜਾਰੀ ਕਰ ਦਿੱਤੇ ਗਏ ਨੇ। ਅਤੇ ਦੂਜੇ ਪਾਸੇ ਭਾਖੜਾ ਡੈਮ 'ਚ ਪਾਣੀ ਦੀ ਆਮਦ ਨੇ ਪਿਛਲੇ 3 ਦਹਾਕਿਆਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਡੈਮ 'ਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਨੇ ਖਤਰਾ ਪੈਦਾ ਕਰ ਦਿੱਤਾ, ਜਿਸ ਨੂੰ ਦੇਖਦਿਆਂ ਡੈਮ ਦੇ ਫਲੱਡ ਗੇਟਾਂ ਨੂੰ ਖੋਲ੍ਹ ਦਿੱਤਾ ਗਿਆ ਅਤੇ ਪਾਣੀ ਸਤਲੁਜ ਦਰਿਆ ਦੇ ਵਿੱਚ ਵੀ ਛੱਡ ਦਿੱਤਾ ਗਿਆ, ਜੋ ਸਤਲੁਜ ਦਰਿਆ ਨੇੜਲੇ ਵੱਸਦੇ ਇਲਾਕਿਆਂ ਦੇ ਲੋਕਾਂ ਲਈ ਕਾਫ਼ੀ ਘਾਤਕ ਸਾਬਤ ਹੋ ਰਿਹਾ ਹੈ। ਬੀਤੇ ਦਿਨੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਸੀ, ਜਿਸ 'ਚ ਖਾਸ ਤੌਰ 'ਤੇ ਫਲੱਡ ਗੇਟ ਖੋਲ੍ਹਣ ਦਾ ਵੀ ਜ਼ਿਕਰ ਕੀਤਾ ਹੋਇਆ। ਬੀਤੇ ਦਿਨ 1 ਵਜੇ ਤੋਂ ਲੈ ਕੇ 3 ਵਜੇ ਤੱਕ ਭਾਖੜਾ ਦੇ ਗੇਟ 8 ਫੁੱਟ ਤੱਕ ਖੋਲ੍ਹ ਦਿੱਤੇ ਗਏ ਨੇ ਅਤੇ ਇਸੇ ਪਾਣੀ ਨੂੰ ਪਾਣੀ ਦੇ ਵਹਾਅ ਕਾਰਨ ਸਤਲੁਜ ਦਰਿਆ 'ਚ ਛੱਡ ਦਿੱਤਾ ਗਿਆ ਅਤੇ ਹੁਣ ਇਹੀ ਪਾਣੀ ਆਮ ਲੋਕਾਂ ਦੇ ਲਈ ਸਿਰਦਰਦੀ ਬਣਿਆ ਹੋਇਆ। ਇਹ ਪਾਣੀ ਸਤਲੁਜ ਨੇੜਲੇ ਵੱਸਦੇ ਸੈਂਕੜੇ ਪਿੰਡਾਂ ਨੂੰ ਪ੍ਰਭਾਵਿਤ ਕਰ ਚੁੱਕਾ ਹੈ। ਪਾਣੀ ਦੀ ਤਬਾਹੀ ਦਾ ਮੰਜ਼ਰ ਕੁਝ ਅਜਿਹਾ ਹੈ ਕਿ ਪਿੰਡਾਂ ਦੇ ਪਿੰਡ ਪਾਣੀ ਨਾਲ ਡੁੱਬ ਚੁੱਕੇ ਨੇ। ਭਾਖੜਾ ਡੈਮ 'ਚ ਅਚਾਨਕ ਛੱਡ ਗਏ ਪਾਣੀ ਨੇ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ 'ਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ 'ਚ ਪਿੰਡ ਲੋਧੀਪੁਰ, ਬੁਰਜਗੱਜਪੁਰ, ਚੰਦਪੁਰ, ਹਰੀਵਾਲ, ਮਹਿੰਦੀ ਕਲਾਂ ਆਦਿ ਦੀ ਹਜ਼ਾਰਾਂ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਅਤੇ ਕਈ ਘਰਾਂ ਦੇ ਵਿੱਚ ਪਾਣੀ ਵੀ ਵੜ ਚੁੱਕਾ ਹੈ। ਕਿਸਾਨਾਂ ਦੀਆਂ ਮੋਟਰਾਂ ਵੀ ਪਾਣੀ ਨਾਲ ਡੁੱਬ ਚੁੱਕੀਆਂ ਨੇ। ਡੈਮ ਵਿੱਚ ਪਾਣੀ ਦਾ ਪੱਧਰ ਸਮਰੱਥਾ ਤੋਂ ਜ਼ਿਆਦਾ ਵੱਧ ਗਿਆ ਹੈ। ਇਹ 1988 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1680 ਫੁੱਟ ਤੋਂ ਉੱਪਰ ਹੋ ਗਿਆ ਅਤੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1680.80 ਫੁੱਟ ਹੋ ਗਿਆ। ਅਸੀਂ ਪਹੁੰਚੇ ਹਾਂ ਹੜ੍ਹ ਪ੍ਰਭਾਵਿਤ ਖੇਤਰ ਚੰਦਪੁਰ ਬੇਲਾ ਦੇ ਵਿੱਚ ਅਤੇ ਹਰੀਵਾਲ ਪਿੰਡ ਦੇ ਵਿੱਚ ਜਿਹੜੀ ਰੋਡ ਜਿਹੜੀ ਇਹਨਾਂ ਪਿੰਡਾਂ ਨੂੰ ਜਾਂਦੀ ਆ, ਆਹ ਚੰਦਪੁਰ ਬੇਲਾ ਨੂੰ ਸੜਕ ਜਾਂਦੀ ਹੈ, ਇੱਧਰ ਦੂਜੇ ਪਾਸੇ ਹਰੀਵਾਲ ਪਿੰਡ ਨੂੰ ਸੜਕ ਜਾਂਦੀ ਹੈ, ਜਿਸ ਦੇ ਵਿੱਚ ਸੜਕਾਂ ਦੇ ਵਿੱਚ ਜਿਹੜਾ 6-6 ਫੁੱਟ ਪਾਣੀ ਹੈਗਾ ਸੀਗਾ ਕੱਲ੍ਹ, ਅੱਜ ਇਹ ਪਾਣੀ ਬੇਸ਼ੱਕ ਉੱਤਰ ਗਿਆ ਹੈ। ਇਹਨਾਂ ਲੋਕਾਂ ਦਾ ਜਨਜੀਵਨ ਥੋੜ੍ਹਾ ਬਹੁਤਾ ਜਿਹੜਾ ਚਾਲੂ ਹੋ ਗਿਆ ਹੈ, ਪਰ ਇਹਨਾਂ ਦੀਆਂ ਖੇਤਾਂ ਦੇ ਵਿੱਚ ਜਿਹੜਾ ਪਾਣੀ ਹਲੇ ਵੀ ਬਹੁਤ ਜ਼ਿਆਦਾ ਭਰਿਆ ਹੋਇਆ, ਸੜਕਾਂ ਦੇ ਵਿੱਚ ਪਾਣੀ ਨੇ। ਪਾਣੀ ਨੇ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਕੁਝ ਪਿੰਡਾਂ ਨੂੰ ਰਾਹਤ ਜ਼ਰੂਰ ਦਿੱਤੀ ਹੈ, ਪਰ ਲੋਕਾਂ ਅਨੁਸਾਰ ਇਸ ਤਰ੍ਹਾਂ ਦੇ ਹੜ੍ਹ 3 ਦਹਾਕੇ ਪਹਿਲਾਂ ਜ਼ਰੂਰ ਆਏ ਸੀ, ਜੋ ਹੁਣ ਵੀ ਬਰਬਾਦੀ ਦਾ ਕਾਰਨ ਬਣ ਰਹੇ ਨੇ। ਪਾਣੀ ਬਹੁਤ ਆਇਆ ਸੀ, ਆਹ ਦੁਕਾਨ ਹੈ ਜੀ ਤੁਹਾਡੇ ਸਾਹਮਣੇ, ਆਹ ਦੇਖੋ ਸਾਰੀ ਭਰੀ ਪਈ ਸੀ, 3-3 ਫੁੱਟ ਪਾਣੀ ਦਾ ਜੀ, ਅਤੇ 88 ਦਾ ਪਾਣੀ ਆਇਆ ਸੀ, ਉਹਦੇ ਨਾਲ ਵੱਧ ਪਾਣੀ ਸੀ ਘਰ, ਸਾਡੇ ਘਰਾਂ ਵਿੱਚ ਪਾਣੀ ਜਾਣੀ ਕਿ 2-3 ਫੁੱਟ ਘਰਾਂ 'ਚ ਪਾਣੀ ਸੀ, ਸਾਡੀ ਫਸਲ ਸਾਰੀ ਤਬਾਹ ਹੋ ਗਈ। ਰੋਪੜ ਦੇ ਵਿੱਚ ਵੀ ਹਾਲਾਤ ਬਹੁਤ ਨਾਜ਼ੁਕ ਬਣ ਚੁੱਕੇ ਨੇ। ਰੂਪਨਗਰ ਵਿੱਚ ਵੀ ਹੜ੍ਹਾਂ ਦਾ ਕਹਿਰ ਲਗਾਤਾਰ ਜਾਰੀ ਹੈ, ਕਿਉਂਕਿ ਲਗਾਤਾਰ ਹਿਮਾਚਲ 'ਚ ਪੈ ਰਹੀ ਬਾਰਿਸ਼ ਕਾਰਨ ਭਾਖੜਾ ਡੈਮ ਤੋਂ ਵੱਡੀ ਮਾਤਰਾ 'ਚ ਪਾਣੀ ਛੱਡਿਆ ਜਾ ਰਿਹਾ।
ਜਿਸ ਕਰਕੇ ਸਤਲੁਜ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਲਗਾਤਾਰ ਪਾਣੀ ਵੱਧ ਰਿਹਾ ਅਤੇ ਪ੍ਰਸ਼ਾਸਨ ਵੱਲੋਂ ਹਾਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਲੋਕਾਂ ਦੀ ਮਦਦ ਲਈ 24 ਘੰਟੇ ਹੈਲਪਲਾਈਨ ਸਥਾਪਿਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦੇਣ ਦਾ ਵੀ ਭਰੋਸਾ ਦਿੱਤਾ ਜਾ ਰਿਹਾ। ਫਿਲਹਾਲ ਦੀ ਘੜੀ ਰੋਪੜ ਹੈੱਡ ਦੇ ਪਾਣੀ ਦੇ ਪੱਧਰ ਨੂੰ ਦੇਖਦਿਆਂ ਰੋਪੜ ਹੈੱਡ ਦੇ 12 ਫਲੱਡ ਗੇਟਾਂ ਨੂੰ ਬੰਦ ਜ਼ਰੂਰ ਕਰ ਦਿੱਤਾ ਗਿਆ, ਜੋ ਸਥਾਨਕ ਵਾਸੀਆਂ ਦੇ ਲਈ ਰਾਹਤ ਵਾਲੀ ਗੱਲ ਹੈ। ਸਰ, ਇਹ ਤਾਂ ਕੁਦਰਤੀ, ਵੈਸੇ ਆਪਾਂ ਕਹਿ ਸਕਦੇ ਕੁਦਰਤੀ ਆਪਦਾ ਹੈ। ਇੱਕ ਪਿੱਛੋਂ ਜੋ ਪਾਣੀ ਹਿਮਾਚਲ ਤੋਂ ਜਿਹੜੀ ਬਾਰਿਸ਼ ਹੈ, ਬਹੁਤ ਜ਼ਿਆਦਾ ਫਲੱਡ ਹੋਣ ਕਰਕੇ ਪਾਰੇ ਜਿਹੜਾ ਇਹ ਸਾਡੇ ਜਿਹੜੇ ਪਿੰਡ ਹੈ ਨਾ ਸਾਰੇ, ਇਹ ਜਿਹੜੇ ਨੀਵੇਂ ਹੈ, ਇਸ ਕਰਕੇ ਪਾਣੀ ਦਾ ਜਿਹੜਾ ਫਲੋ ਹੈ ਉਹ ਇੱਥੇ ਜ਼ਿਆਦਾ ਕਰਕੇ ਆਪਾਂ ਨੂੰ ਨਜ਼ਰ ਆ ਰਿਹਾ। ਤੁਹਾਡੇ ਪਿੰਡ ਵਾਸੀਆਂ ਦਾ ਨੁਕਸਾਨ ਕੀ ਹੋਇਆ? ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਨੇ। ਜਿਹੜਾ ਸਾਡਾ ਪਿੰਡ ਹੈ, ਇਹ ਕੁਦਰਤੀ ਤਕਰੀਬਨ ਜੋ ਹੈ ਖੇਤੀਬਾੜੀ 'ਤੇ ਨਿਰਭਰ ਹੈ। ਸਾਰੇ ਜਿੰਨੇ ਵੀ ਸਾਰੇ ਕਿਸਾਨੀ ਨਾਲ ਨਿਰਭਰ ਹੈ ਲੋਕ ਜਿਹੜੇ, ਅਤੇ ਜ਼ਿਆਦਾ ਮਾਲ ਪਸ਼ੂਆਂ ਦਾ ਵੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਇੱਥੇ, ਅਤੇ ਜਿਹੜਾ ਖੇਤੀ ਦਾ ਵੀ ਬਹੁਤ ਨੁਕਸਾਨ ਹੋਇਆ। ਝੋਨਾ ਵੀ ਕਾਫੀ ਬਰਬਾਦ ਹੋ ਗਿਆ, ਲੋਕਾਂ ਦੀ ਮੱਕੀਆਂ ਲਾਈਆਂ ਸੀਗੀਆਂ ਉਹ ਵੀ ਬਰਬਾਦ ਹੋ ਗਿਆ। ਪਸ਼ੂਆਂ ਨੂੰ ਜਿਹੜਾ ਪਸ਼ੂਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪਸ਼ੂ ਬਹੁਤ ਜ਼ਿਆਦਾ ਲੋਕਾਂ ਦੇ ਰੁੜ ਗਏ ਆ। ਰਾਤੀ ਭਾਖੜੇ ਪਾਣੀ ਛੱਡਿਆ, ਸਾਨੂੰ ਕੋਈ ਪਤਾ ਨਹੀਂ ਸੀ ਇਸ ਦਿਨ, ਅਤੇ ਉਹਦੇ ਬਾਅਦ ਸਾਡੀਆਂ 4 ਮੱਝਾਂ, 5 ਸੀ, 4 ਸਾਨੂੰ ਮਿਲੀਆਂ ਨਹੀਂ, 1 ਮਿਲ ਗਈ। ਝੂਠ ਕਹਿਣਾ ਕੋਈ ਪੱਕੀ ਜੀ, ਹੁਣ ਮੌਜੂਦਾ ਸਰਕਾਰ ਦੀ ਸਾਡੀ ਤਾਂ ਬੇਨਤੀ ਹੈ, ਇਸ ਟਾਈਮ ਆਪਣੇ ਮੈਂਬਰ ਆ ਕੇ ਜੀ ਕੱਢ ਲੈਣੇ ਬਾਹਰ, ਆਪਾਂ ਝੂਠ ਕਿਉਂ ਕਹਿਣਾ। ਮੋਗਾ 'ਚ ਵੀ ਹਾਲਾਤ ਬੀਤੇ 4 ਦਿਨਾਂ ਤੋਂ ਭਾਖੜਾ ਡੈਮ ਵਿੱਚੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਕਾਰਨ ਨਾਜ਼ੁਕ ਬਣੇ ਹੋਏ ਨੇ, ਜਿਸ ਕਾਰਨ ਮੋਗਾ ਦੇ ਕਸਬਾ ਧਰਮਕੋਟ ਨਾਲ ਲੱਗਦੇ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਵਧਣ ਕਾਰਨ ਸਤਲੁਜ ਦੇ ਬੰਨ ਤੇ ਲੱਗਦੇ 18 ਤੋਂ 20 ਪਿੰਡਾਂ ਦੀ ਕਾਫੀ ਫਸਲ ਨੁਕਸਾਨੀ ਗਈ ਹੈ ਅਤੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦੇਖੋ ਜੀ, ਪਿੰਡ ਵਾਸੀਆਂ ਦੀ ਬਹੁਤ ਵੱਡੀ ਹਿੰਮਤ ਹੈਗੀ ਆ, ਤੇ ਨਾਲ ਜਿਹੜਾ ਸਾਡੇ ਡੀਸੀ ਸਾਹਿਬ, SDM ਸਾਹਿਬ, ਸਾਰੇ ਪੰਚਾਇਤ ਜਿੰਨੇ ਵੀ ਆ, ਸਾਰੇ ਅਧਿਕਾਰੀ ਪ੍ਰਸ਼ਾਸਨ ਵੱਲੋਂ ਬਹੁਤ ਵੱਡਾ ਯੋਗਦਾਨ ਆ। ਕੋਈ ਕਿ ਢਿੱਲ ਨਹੀਂ ਕਿਸੇ ਦੀ, ਪਰਸੋਂ ਤੋਂ ਲੈ ਕੇ ਲੱਗੇ ਹੋਏ ਆ। ਇਹ ਕੁਦਰਤੀ ਆਫਤਾ, ਇਹਨੂੰ ਨਜਿੱਠਣ ਵਾਸਤੇ ਜਿਹੜਾ ਹੈਗਾ, ਜਿੱਥੇ ਸਰਕਾਰੀ ਪ੍ਰਸ਼ਾਸਨ, ਸਰਕਾਰੀ ਮਸ਼ੀਨਰੀ ਦੀ ਲੋੜ ਆ, ਉੱਥੇ ਸਾਰਾ ਕੁਛ ਲੋਕਾਂ ਦਾ ਹੀ ਵੱਡਾ ਸਹਿਯੋਗ ਚਾਹੀਦਾ। ਪਰ ਜਿਹੜਾ ਹੈਗਾ, ਬਹੁਤ ਵੱਡਾ ਸਹਿਯੋਗ ਇੱਥੇ ਮਿਲ ਰਿਹਾ। ਇਕੱਲਾ ਇੱਥੇ ਰੇੜਮਾਂ ਦੇ ਵਿੱਚ ਨਹੀਂ ਖਤਰਾ ਹੈਗਾ। ਸਾਨੂੰ ਪਤਾ ਵੀ ਅੱਜ ਸਾਡਾ ਲੈ ਕੇ ਜਿਹੜਾ ਹੈਗਾ, ਅਸੀਂ ਸਵੇਰੇ ਜਗਰਾਉਂ ਤੋਂ ਪਰਲੇ ਹਲਕੇ ਦੇ ਵਿੱਚੋਂ ਬਹਾਦਰ ਕਿਆ ਤੋਂ ਅੱਗੇ ਬਾਗੀਆਂ ਪਿੰਡ ਆ, ਉਦੋਂ ਵੀ ਅੱਗੇ ਜਾ ਕੇ ਅਸੀਂ ਸਾਰਾ ਵੇਖ ਕੇ ਆਏ ਹਾਂ। ਅਤੇ ਦੂਜੇ ਪਾਸੇ ਲੁਧਿਆਣਾ 'ਚ ਵੀ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਸਤਲੁਜ ਦਰਿਆ 'ਚ ਵੱਧ ਰਹੇ ਪਾਣੀ ਦੇ ਪੱਧਰ ਤੋਂ ਲੋਕ ਸਹਿਮੇ ਹੋਏ ਨੇ। ਜਿਵੇਂ ਕਿ ਲਗਾਤਾਰ ਅਸੀਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਦਿਖਾ ਰਹੇ ਹਾਂ, ਕੱਲ੍ਹ ਤੋਂ ਹੀ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਦਰਿਆਵਾਂ ਦੇ ਵਿੱਚ ਪਾਣੀ ਹੈ ਉਹ ਉਸਦੀ ਰਫ਼ਤਾਰ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ। ਔਰ ਇਸ ਸਮੇਂ ਦੀ ਵੀ ਤਸਵੀਰ ਤੁਹਾਨੂੰ ਦਿਖਾਵਾਂਗੇ, ਲੁਧਿਆਣਾ ਦੇ ਸਤਲੁਜ ਦਰਿਆ ਦੀ ਤਸਵੀਰ ਹੈ। ਇੱਥੇ ਦੇਖ ਸਕਦੇ ਹੋ ਕਿ ਕਾਫੀ ਉਫਾਨ 'ਤੇ ਜਿਹੜਾ ਜਲ ਸਤਰ ਹੈ ਉਹ ਪਹੁੰਚਿਆ ਹੋਇਆ, ਔਰ ਕਾਫੀ ਦੂਰ ਦੂਰ ਤੱਕ ਜਿਹੜੀ ਆ ਪਾਣੀ ਦੀ ਮਾਰ ਹੈ ਜਿਹੜੀ ਉਹ ਕਈ ਪਿੰਡਾਂ ਦੇ ਲੋਕਾਂ ਨੂੰ ਜਿਹੜੀ ਆ ਝੱਲਣੀ ਪੈ ਰਹੀ ਹੈ, ਕਿਉਂਕਿ ਰਾਤ ਦੇ ਸਮੇਂ 'ਚ ਜਿਹੜੇ ਪਿੰਡ ਵਾਸੀ ਹੈ ਉਹ ਵੀ ਚੰਗੇ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਮਹਿਫੂਜ਼ ਨਹੀਂ ਸੀ। ਉਹਨਾਂ ਵੱਲੋਂ ਵੀ ਆਪਣੇ ਆਪਣੇ ਟਿਕਾਣਿਆਂ 'ਤੇ ਜਾ ਕੇ ਆਪਣੀ ਵਸੋਂ ਕੀਤੀ ਗਈ ਹੈ। ਜਲੰਧਰ ਦੇ ਸ਼ਾਹਕੋਟ ਇਲਾਕੇ ਦੇ ਨਾਲ ਲੱਗਦੇ ਪਿੰਡਾਂ 'ਚ ਹੜ੍ਹ ਨੇ ਮਾਰ ਪਾਈ ਹੈ। ਘਰਾਂ 'ਚ ਪਾਣੀ ਆਉਣ ਕਰਕੇ ਲੋਕਾਂ ਦੇ ਵਿੱਚ ਸਹਿਮ ਦੇਖਿਆ ਜਾ ਰਿਹਾ ਅਤੇ ਲੋਕ ਆਪਣਾ ਘਰ ਛੱਡਣ ਲਈ ਮਜਬੂਰ ਹੋ ਚੁੱਕੇ ਨੇ। ਅਤੇ ਉੱਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰੂਪਨਗਰ 'ਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਜਲਦੀ ਹੀ ਹਾਲਾਤ ਆਮ ਹੋਣ ਦਾ ਭਰੋਸਾ ਵੀ ਦਿੱਤਾ।
ਤਰਨ ਤਾਰਨ ਦੇ ਵੀ ਕਈ ਪਿੰਡ ਹੜ੍ਹਾਂ ਦੀ ਮਾਰ ਹੇਠਾਂ ਆ ਚੁੱਕੇ ਨੇ। ਖੇਤ ਦਰਿਆ ਬਣ ਚੁੱਕੇ ਨੇ ਅਤੇ ਚਾਰੋ ਤਰਫ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ। ਕਿਸਾਨਾਂ ਦੇ ਪੁੱਤਾਂ ਵਾਂਗ ਫਸਲ ਪਾਲੀ ਹੋਈ ਵੀ ਪਾਣੀ ਦੇ ਵਿੱਚ ਨਸ਼ਟ ਹੋ ਚੁੱਕੀ ਹੈ ਅਤੇ ਸਿਆਸਤਦਾਨਾਂ ਵੱਲੋਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਲਗਾਤਾਰ ਕੀਤਾ ਜਾ ਰਿਹਾ। ਮੈਂਬਰ ਪਾਰਲੀਮੈਂਟ ਜਸਵੀਰ ਡਿੰਪਾ ਅਤੇ ਵਿਧਾਇਕ ਕੁਲਵੀਰ ਸਿੰਘ ਜ਼ੀਰਾ ਵੱਲੋਂ ਵੀ ਹਲਕੇ ਦਾ ਦੌਰਾ ਕੀਤਾ ਗਿਆ। ਜਾਣ ਤੇ ਸਾਨੂੰ ਬਾਹਰ ਕੱਢਿਆ ਜਾਵੇ, ਹਾਲਾਂਕਿ ਪ੍ਰਸ਼ਾਸਨ ਕਹਿੰਦਾ ਸੀ ਸਾਡੇ ਪੂਰੇ ਪੁਖਤਾ ਪ੍ਰਬੰਧ ਹਨ, ਅਸੀਂ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਉਹ ਕੀਤੇ ਹੋਏ ਨੇ, ਪਰ ਇੱਥੇ ਦੇਖਣ ਨੂੰ ਮਿਲ ਰਿਹਾ ਵਾ ਕਿ ਕਿਸਾਨ ਜਿਹੜੇ ਆ ਉਹ ਤਹੀਆ ਕਰ ਰਹੇ ਹਨ ਕਿ ਸਾਨੂੰ ਕਿਸ ਤਰੀਕੇ ਬਾਹਰ ਕੱਢਿਆ ਜਾਵੇ, ਸਾਨੂੰ ਬਚਾਇਆ ਜਾਵੇ। ਹਾਲਾਂਕਿ ਇੱਥੇ ਜਸਵੀਰ ਸਿੰਘ ਡਿੰਪਾ ਵੀ ਪਹੁੰਚੇ ਹਨ, ਪਰ ਕੋਈ ਇੱਥੇ ਦੇਖਣ ਨੂੰ ਇਹੋ ਮਿਲਦਾ ਪਿਆ ਵਾ ਕਿ ਪਰ ਜਿਹੜੇ ਕਿਸਾਨ ਵਿਚਾਰੇ ਉਹ ਅੰਦਰ ਫਸੇ ਆਪਣੇ ਹੱਥਾਂ ਦੇ ਲਈ ਇਸ਼ਾਰੇ ਕਰ ਰਹੇ ਹਨ ਕਿ ਸਾਨੂੰ ਬਾਹਰ ਕੱਢਿਆ ਜਾਵੇ, ਕਿਉਂਕਿ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਵਾ। ਅਗਰ ਉਹ ਪਾਣੀ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਸਾਰੇ ਡੁੱਬ ਸਕਦੇ ਹਨ। ਇਹਦੇ 'ਤੇ ਚਾਹੀਦਾ ਹੈ ਕਿ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਜਿਹੜੇ ਕਿਸਾਨਾਂ ਦੀ ਮਦਦ ਕੀਤੀ ਜਾਵੇ। ਉੱਥੇ ਤਾਂ ਬਚਾਅ ਜਿਹੜਾ ਵਾ ਕਾਫੀ ਹੱਦ ਤੱਕ ਹੋ ਗਿਆ, ਪਰ ਮੈਂ ਧੰਨਵਾਦੀ ਹਾਂ ਪਿੰਡਾਂ ਦੇ ਮੋਹਤਬਰਾਂ ਦਾ, ਜਿਨ੍ਹਾਂ ਦੀ ਮੁਸ਼ਤੈਦੀ ਕਾਰਨ ਇਹਨਾਂ ਦਾ ਜਾਨ ਮਾਲ ਦਾ ਨੁਕਸਾਨ ਤਾਂ ਗਿਆ ਬਚ, ਪਰ ਖੇਤੀ ਦਾ ਬਹੁਤ ਨੁਕਸਾਨ ਹੋਇਆ। ਅੱਜ ਜਿਵੇਂ ਆਪਾਂ ਦੀਨਕੇ ਪਿੰਡ ਦੇ ਵਿੱਚ ਹਾਂ, ਇਹਨਾਂ ਦਾ 800 acres ਆ ਜਿਹੜੀ ਬੰਨ ਦੇ ਇਸ ਪਾਸੇ ਜ਼ਮੀਨ, ਉਹਦਾ ਉਹ ਸਭ ਲਗਭਗ 800 acres ਜਿਹੜੀ ਫਸਲ ਆ ਉਹ ਗਈ, ਉਹ ਤਬਾਹ ਹੋ ਗਈ। ਉਹਨਾਂ ਨੂੰ ਕੱਢਿਆ ਕਰ, ਪੁਖਤਾ ਪ੍ਰਬੰਧ ਜਿਹੜੇ ਉਹ ਸਰਕਾਰ ਕਰ ਰਹੀ ਹੈ, ਔਰ ਜਿਹੜਾ ਮੁਆਵਜ਼ਾ ਜਿਹੜਾ ਉਹ ਜਿਹੜਾ ਅਸੀਂ ਤਾਂ ਕਹਿੰਦੇ ਕਿ ਇਹੋ ਜਿਹੀ ਕਰੋਪੀ ਜਿਹੜੀ ਉਹ ਸਾਡੇ ਏਰੀਏ 'ਚ ਨਾ ਹੀ ਆਵੇ, ਪਰਮਾਤਮਾ ਕਿਰਪਾ ਹੀ ਰੱਖੇ ਕਿ ਮੁਆਵਜ਼ੇ ਨਾਲੋਂ ਸਾਨੂੰ ਜਿਹੜੀ ਸਾਡੀ ਫਸਲ ਮਿਲ ਜਾਇਆ ਕਰੇ, ਸਾਨੂੰ ਇੰਨਾ ਹੀ ਬਹੁਤ ਹੈ। ਔਰ ਜੋ ਜੋ ਸਰਕਾਰ ਵੱਲੋਂ ਇਹਨਾਂ ਨੂੰ ਸਹੂਲਤਾਂ ਚਾਹੀਦੀਆਂ, ਜੋ ਜੋ ਪ੍ਰਬੰਧ ਨੇ ਉਹ ਸਾਰੇ ਕੀਤੇ ਗਏ ਨੇ। ਲਗਾਤਾਰ ਪੈ ਰਹੀ ਬਾਰਿਸ਼ ਅਤੇ ਸਤਲੁਜ ਦਰਿਆ 'ਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਨੇ ਲੋਕਾਂ ਨੂੰ ਸੋਚਣ ਦੇ ਲਈ ਮਜਬੂਰ ਜ਼ਰੂਰ ਕਰ ਦਿੱਤਾ ਹੈ। ਭਾਖੜਾ ਡੈਮ ਵਿੱਚੋਂ ਛੱਡੇ ਜਾ ਰਹੇ 53,000 ਕਿਊਸਿਕ ਪਾਣੀ 'ਚੋਂ 30,700 ਕਿਊਸਿਕ ਪਾਣੀ ਇਕੱਲੇ ਸਤਲੁਜ ਦਰਿਆ 'ਚ ਆ ਰਿਹਾ ਅਤੇ ਬਾਕੀ ਨਾਲ ਲੱਗਦੀਆਂ ਦੋ ਨਹਿਰਾਂ 'ਚ ਛੱਡਿਆ ਗਿਆ ਹੈ। ਇਸੇ ਤਰ੍ਹਾਂ ਨੰਗਲ ਡੈਮ ਅਤੇ ਨੰਗਲ ਹਾਈਡਲ ਨਹਿਰ 'ਚੋਂ 12,350 ਕਿਊਸਿਕ, ਸ੍ਰੀ ਅਨੰਦਪੁਰ ਸਾਹਿਬ ਹਾਈਲੈਂਡ ਨਹਿਰ 'ਚੋਂ 10,150 ਅਤੇ ਸਤਲੁਜ ਦਰਿਆ 'ਚੋਂ 30,700 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਸਤਲੁਜ ਦਰਿਆ ਕੰਢੇ ਵੱਸਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਅਤੇ ਪ੍ਰਸ਼ਾਸਨ ਵੀ ਲੋਕਾਂ ਦੀ ਮਦਦ ਲਈ ਆਪੋ ਆਪਣੇ ਤਰੀਕੇ ਨਾਲ ਕਾਰਜ ਕਰਦਾ ਵੀ ਦਿਖਾਈ ਦੇ ਰਿਹਾ। ਪਰ ਕੁਦਰਤ ਦੀ ਮਾਰ ਪੰਜਾਬ 'ਤੇ ਜ਼ਰੂਰ ਪੈ ਚੁੱਕੀ ਹੈ, ਸੋ ਸਰਕਾਰਾਂ ਨੂੰ ਚਾਹੀਦਾ ਕਿ ਹੜ੍ਹਾਂ ਵਰਗੇ ਹਾਲਾਤ ਬਣਨ ਤੋਂ ਪਹਿਲਾਂ ਹੀ ਉਹਨਾਂ ਦਰਿਆਵਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਜੋ ਪੰਜਾਬ ਬਰਬਾਦੀ ਦਾ ਕਾਰਨ ਬਣ ਰਹੇ ਨੇ। ਸੋ ਇਹ ਸੀ ਸਾਡੀ ਖਾਸ ਪੇਸ਼ਕਸ਼, ਫਿਲਹਾਲ ਲਈ ਅੱਜ ਨਹੀਂ, ਮੈਨੂੰ ਯਾਨੀ ਕ੍ਰਿਸ਼ਨ ਸਿੰਘ ਤੋਂ ਇਜਾਜ਼ਤ, ਧੰਨਵਾਦ।